ਗੁਰੂ ਗ੍ਰੰਥ ਸਾਹਿਬ ਰੋਲਿਆ ਇਹਨਾਂ ਲੋਕਾਂ ਨੇ ਹਾਂਜੀ ਆ ਦੋ ਦਿਨ ਦੇ ਵਿੱਚ ਲੈ ਕੇ ਬੰਦੇ ਕੈਂਡੀਡੇਟ ਤਾਂ ਹੈ ਨੀ ਇਹਨਾਂ ਕੋਲ ਹੈ ਇਹ ਉਹਦੇ ਸਾਬਤ ਕੀ ਕਰਨਾ ਚਾਹੁੰਦੇ ਇੱਥੇ ਆ ਕੇ ਪੰਥ ਦੀ ਗੱਲ ਕਰਦੀ ਹੈ ਬੀਬੀ ਉਹ ਇਹ ਹੁਣ ਕਿਹਨੂੰ ਨੀ ਪਤਾ ਕਿਹਨੂੰ ਨੀ ਪਤਾ ਕੀ ਕਰਦੇ ਆ ਹੈ ਗਲੀਆਂ ਚ ਰੋਲੇ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਗੋਲੀਆਂ ਗਲੀਆਂ ਦੇ ਵਿੱਚ ਲੋਕਾਂ ਨੇ ਕਦੇ ਕਿਸੇ ਦੇ ਚਰਨਾਂ ਚ ਪਾਈ ਖੜੀ ਲੱਗੀ ਗੱਲ ਕਰਨ ਬਾਕੀ ਤਾਂ ਸਾਰੇ ਕਹਿੰਦੀ ਚੋਰ ਲੀਡਰ ਹੈ ਸਾਡਾ ਲੀਡਰ ਪੰਥਕ ਆ ਅਸੀਂ ਪੰਥਕ ਪਾਰਟੀ ਹਾਂ ਮੈਂ ਪੁੱਛਿਆ ਬੀਬੀ ਵੀ ਤੂੰ ਪੰਥਕ ਆ ਗੋਲਕ ਤੁਸੀਂ ਖਾ ਗਏ ਡੇਗਾਂ ਦੇ ਵਿੱਚੋਂ ਪੈਸੇ ਰੁਮਾਲਿਆਂ ਦੇ ਵਿੱਚੋਂ ਪੈਸੇ ਬਦਲੀਆਂ ਦੇ ਪੈਸੇ ਕੀ ਨਹੀਂ ਕਰਦੇ ਖਾ ਕੇ ਲੋਕਾਂ ਦਾ ਲੁੱਟ ਕੇ ਖੂਨ ਚਿੱਟੇ ਦੇ ਵਪਾਰੀ ਇਹ ਕਿਹਨੇ ਲਿਆਂਦਾ ਚਿੱਟਾ ਪੰਜਾਬ ਦੇ ਵਿੱਚ ਕੌਣ ਲੈ ਗਿਆ ਚਿੱਟਾ ਰੋਜ਼ਾਨਾ 8-10 ਮੁੰਡੇ ਮਰਦੇ ਜੀ ਪੰਜਾਬ ਦੇ ਵਿੱਚ ਹੈ ਇਹਨਾਂ ਪੰਥ ਰੋਲ ਕੇ ਰੱਖ ਲੈਣਾ ਤੁਸੀਂ ਕੌਮ ਦੇ ਰੱਖ ਕੇ ਦਾੜੀਆਂ ਤੁਸੀਂ ਸਾਬਤ ਕਿਆ ਕਰਨਾ ਚਾਹੁੰਦੇ ਤੁਸੀਂ ਪੰਥ ਕੋ ਕੀ ਸਾਬਤ ਕਰਨਾ ਚਾਹੁੰਦੇ ਖਾ ਖਾ ਕੇ ਗੋਲ ਕਿਤੇ ਪੈਸੇ ਅੱਜ ਤੁਸੀਂ ਇੱਥੇ ਤੁਰੇ ਫਿਰਦੇ ਆ ਮਸਲਾ ਕਿਉਂ ਹੈ
ਕੌਮ ਦੇ ਰੱਖੇ ਗੱਲ ਕੀ ਆਈ ਆ ਲੱਗਿਆ ਗੱਲਾਂ ਕਰ ਭਾਜੀ ਗੱਲ ਕੀ ਰੱਖੇ ਨੇ ਕੌਮ ਦੇ ਮੇਰਾ ਖੁਸ਼ਿੰਦਰ ਸਿੰਘ ਨਾਮ ਭਾਜੀ ਮਸਲਾ ਹੋਇਆ ਕੀ ਸੀ ਕਹਿੰਦੇ ਅਸੀਂ ਪੰਥਕ ਪਾਰਟੀ ਆ ਜੀ ਇਹ ਬੀਬੀ ਕਹਿੰਦੀ ਪੰਥਕ ਪਾਰਟੀ ਆ ਇਹ ਦੱਸੋ ਪੰਥਕ ਪਾਰਟੀ ਆ ਗੁਰੂ ਗ੍ਰੰਥ ਸਾਹਿਬ ਰੋਲਿਆ ਇਹਨਾਂ ਲੋਕਾਂ ਨੇ ਹਾਂਜੀ ਆਹ ਦੋ ਦਿਨ ਦੇ ਵਿੱਚ ਲੈ ਕੇ ਬੰਦੇ ਕੈਂਡੀਡੇਟ ਤਾਂ ਹੈ ਨੀ ਇਹਨਾਂ ਕੋਲ ਸਾਬਤ ਕੀ ਕਰਨਾ ਚਾਹੁੰਦੇ ਇੱਥੇ ਆ ਕੇ ਪੰਥ ਦੀ ਗੱਲ ਕਰਦੀ ਹੈ ਬੀਬੀ ਉਹ ਇਹ ਹੁਣ ਕਿਹਨੂੰ ਨੀ ਪਤਾ ਕਿਹਨੂੰ ਨੀ ਪਤਾ ਕੀ ਕਰਦੇ ਆ ਹੈ ਗਲੀਆਂ ਚ ਰੋਲੇ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਗੋਲੀਆਂ ਗਲੀਆਂ ਦੇ ਵਿੱਚ ਲੋਕਾਂ ਨੇ ਕਦੇ ਕਿਸੇ ਦੇ ਚਰਨਾਂ ਚ ਪਾਈ ਖੜੀ ਲੱਗੀ ਗੱਲ ਕਰਨ ਬਾਕੀ ਤਾਂ ਸਾਰੇ ਕਹਿੰਦੀ ਚੋਰ ਲੀਡਰ ਹੈ ਸਾਡਾ ਲੀਡਰ ਪੰਥਕ ਆ ਅਸੀਂ ਪੰਥਕ ਪਾਰਟੀ ਹਾਂ ਮੈਂ ਪੁੱਛਿਆ ਬੀਬੀ ਵੀ ਤੂੰ ਪੰਥਕ ਆ ਗੋਲਕ ਤੁਸੀਂ ਖਾ ਗਏ ਦੇਗਾਂ ਦੇ ਵਿੱਚੋਂ ਪੈਸੇ ਰੁਮਾਲਿਆਂ ਦੇ ਵਿੱਚੋਂ ਪੈਸੇ ਬਦਲੀਆਂ ਦੇ ਪੈਸੇ ਕੀ ਨਹੀਂ ਕਰਦੇ ਖਾ ਕੇ ਲੋਕਾਂ ਦਾ ਲੁੱਟ ਕੇ ਖੂਨ ਚਿੱਟੇ ਦੇ ਵਪਾਰੀ ਇਹ ਕਿਹਨੇ ਲਿਆਂਦਾ ਚਿੱਟਾ ਪੰਜਾਬ ਦੇ ਵਿੱਚ ਕੌਣ ਲੈ ਗਿਆ ਚਿੱਟਾ ਰੋਜ਼ਾਨਾ 8-10 ਮੁੰਡੇ ਮਰਦੇ ਜੀ ਪੰਜਾਬ ਦੇ ਵਿੱਚ ਹੈ ਇਹਨਾਂ ਪੰਥ ਰੋਲ ਕੇ ਰੱਖਦਾ